ਕੇਂਦਰ ਜਿਹੜਾ ਬੜੇ ਰਾਮ ਦੇ ਨਾਲ ਸਾਰੇ ਸੂਬਿਆਂ ਚ ਆਪਣੀ ਆਪਣੀ ਪਲੈਨਿੰਗ ਬਣਾ ਰਿਆ ਪਰਸੂਏਟ ਕਰਕੇ ਕਿਤੇ ਡਰਾ ਕੇ ਕਿਤੇ ਤਮਕਾ ਕੇ ਕਿਤੇ ਬਲੈਕਮੇਲ ਕਰਕੇ ਕਿਤੇ ਐਨਐਸਏ ਲਾ ਕੇ ਕਿਤੇ ਕੁਝ ਕਰ ਕਰਕੇ ਉਹ ਤੁਸੀਂ ਵੋਟਾਂ ਕਿਵੇਂ ਇਕੱਠੀਆਂ ਕਰਨੀਆਂ ਮਕਸਦ ਇੱਕੋ ਹੀ ਹੈ ਬੜੀ ਅਫਸੋਸ ਦੀ ਗੱਲ ਆ ਕੌਣ ਲੈ ਕੇ ਅਮਰਪਾਲ ਨੂੰ ਅਸੀਂ ਬਿਲਾ ਕੇ ਲੈ ਕੇ ਆਏ ਜੇ ਆਇਆ ਸੀ ਤੇ ਤੁਸੀਂ ਪੰਜਾਬ ਗਵਰਨਮੈਂਟ ਜਿਹੜੀ ਸੁੱਤੀ ਪਈ ਸੀ ਜਾਂ ਕੇਂਦਰ ਦੀ ਸਰਕਾਰ ਜਿਹੜੀ ਹੁਣ 18 ਟੁਕੜੀਆਂ ਲੈ ਕੇ ਆਈ ਆ ਇੱਥੇ ਪੈਰਾ ਮਿਲਟਰੀ ਫੋਰਸਿਸ ਤੇ ਜਾਂ ਰੈਪਿਡ ਐਕਸ਼ਨ ਫੋਰਸ ਜਿਹੜੀਆਂ ਵੀ ਹੈ ਉਦੋਂ ਕਿੱਥੇ ਗਏ ਸੀਗੇ ਕੀ ਇਸ ਬਣਾ ਦੋ ਆ ਕਰ ਦੋ ਆ ਕਰ ਦੋ ਉਹਦੇ ਮਾਂ ਬਾਪ ਨੂੰ ਫੜ ਲਓ ਉਹਦਾ ਡੰਗਰ ਵਚਾ ਖੋਲੇ ਕੀ ਕੰਮ ਆ ਅਬਰ ਤੇ ਪਹਾਲ ਤੇ ਸਾਹਮਣੇ ਆ ਕੇ ਕਹਿ ਲੈਣਾ ਮੈਨੂੰ ਗ੍ਰਿਫਤਾਰ ਕਰ ਲੈ ਤਾਂ ਵੀ ਨਹੀਂ ਕਰਨਗੇ ਕਹਿਣਗੇ ਭੱਜ ਜਾ ਯਾਰ ਪਰਾਂ ਨੂੰ ਤੂੰ ਕਿ ਸਵੇਰੇ ਆਉਂਦੀ ਪੁਲਿਸ ਇੰਟਰਵਿਊ ਕਰਦੀ ਆ ਫੋਟੋਆਂ ਲੈ ਕੇ ਜਾਂਦੀ ਆ ਪੁੱਛ ਕੇ ਜਾਂਦੀ ਆ ਇਕੱਲੇ ਇਕੱਲੇ ਦਾ ਤੇ ਸ਼ਾਮ ਨੂੰ ਆਉਂਦੀ ਉਹਨਾਂ ਨੇ ਕਿਹਾ ਵੀ ਤੁਸੀਂ ਕਿਉਂ ਆਉਂਦੇ ਉਹਨਾਂ ਨੇ ਪੁੱਛਿਆ ਵੀ ਪਹਿਲਾਂ ਤੇ ਕਦੇ ਨਹੀਂ ਸੀ ਹੁਣ ਕਹਿੰਦੇ ਸਾਡੀ ਡਿਊਟੀ ਲਈ ਆ ਸਾਡੀ ਡਿਊਟੀ ਬਾਉਂਡ ਆ ਤੇ ਇਥੇ ਭਗਵੰਤ ਮਾਨ ਉਹਨਾਂ ਦੇ ਸਕੰਜੇ 'ਚ ਆ ਗਿਆ ਉਹਨਾਂ ਦੇ ਟਰੈਪ 'ਚ ਆ ਗਿਆ ਇਹਨੂੰ ਆਪਣੀ ਡਿਊਟੀ ਆਪ ਸਮਝਣੀ ਚਾਹੀਦੀ ਸੀ ਤੇ ਇਸ ਗੱਲ ਨੂੰ ਵੇਲੇ ਸਿਰ ਸਪਟੰਬਰ ਦੇ ਵਿੱਚ ਨਿਜੀਠਣਾ ਚਾਹੀਦਾ ਸੀ ਪ੍ਰੋਫੈਸਰ ਮਨਜੀਤ ਸਿੰਘ ਸਾਡੇ ਨਾਲ ਨੇ ਔਰ ਲਗਾਤਾਰ ਪੰਜਾਬ ਦੇ ਮਸਲਿਆਂ ਦੇ ਉੱਪਰ ਗੱਲਬਾਤ ਕਰਦੇ ਨੇ ਮੌਜੂਦਾ ਸਮੇਂ ਦੇ ਵਿੱਚ ਇਹਨਾਂ ਦਾ ਕੀ ਸੋਚਣਾ ਹੈ ਸਰ ਮੌਜੂਦਾ ਸਮੇਂ ਦਾ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਉਹਨੂੰ ਲੈ ਕੇ ਕਿਵੇਂ ਸੋਚੋ ਇਲੈਕਸ਼ਨਾਂ ਦਾ ਰੌਲਾ ਪੱ ਵਧ ਚੁੱਕਾ 2024 ਦੀਆਂ ਜਨਰਲ ਚੋਣਾਂ ਆ ਉਹਦੀ ਕੇਂਦਰ ਜਿਹੜਾ ਬੜੇ ਰਾਮ ਦੇ ਨਾਲ ਸਾਰੇ ਸੂਬਿਆਂ 'ਚ ਆਪਣੀ ਆਪਣੀ ਪਲੈਨਿੰਗ ਬਣਾ ਰਿਆ ਕਿ ਕਿਵੇਂ ਤੁਸੀਂ ਧ्रुਵੀਕਰਨ ਕਰਕੇ ਲੋਕਾਂ ਦੇ ਵਿੱਚ ਕਿਤੇ ਲੋਕਾਂ ਨੂੰ ਪਰਸੂਏਟ ਕਰਕੇ ਕਿਤੇ ਡਰਾ ਕੇ ਕਿਤੇ ਤਮਕਾ ਕੇ ਕਿਤੇ ਬਲੈਕਮੇਲ ਕਰਕੇ ਕਿਤੇ ਐਨਐਸਏ ਲਾ ਕੇ ਕਿਤੇ ਕੁਝ ਕਰਕੇ ਉਹ ਤੁਸੀਂ ਵੋਟਾਂ ਕਿਵੇਂ ਇਕੱਠੀਆਂ ਕਰਨੀਆਂ ਮਕਸਦ ਇੱਕੋ ਹੀ ਹੈ ਉਸੇ ਦੇ ਵਿੱਚ ਅਸੀਂ ਵੀ ਜਿੱਦ ਤਰ੍ਹਾਂ ਆਟੇ ਨੂੰ ਪਰੇਥਣ ਲੱਗ ਗਿਆ ਸਾਡੀ ਵਾਰੀ ਵੀ ਆ ਗਈ ਤੇ ਸਾਡੇ ਆ ਪਿਛਲੇ 8-10 ਦਿਨਾਂ ਦਾ ਉਹ ਪੰਜਾਬ ਦਾ ਮਾਹੌਲ ਬਣਾਇਆ ਕਿ ਜਿਵੇਂ ਪਤਾ ਨਹੀਂ ਇੱਥੇ ਕੋਈ ਵੱਡੀ ਝੰਗ ਲੱਗ ਗਈ ਹੋਵੇ ਤੇ ਅਮਰਤਪਾਲ ਨੇ ਪਤਾ ਨਹੀਂ ਦਿੱਲੀ ਨੂੰ ਢਾਉਣ ਦਾ ਕੋਈ ਇਥੋਂ ਫੈਸਲਾ ਕਰਕੇ ਤੇ ਵੱਡੀ ਫੌਜ ਲੈ ਕੇ ਚੱਲ ਪਿਆ ਹੋਵੇ ਇਹ ਮੀਡੀਆ ਜੰਪਰੇਸ਼ਨ ਦਿੱਤਾ ਜਾ ਰਿਹਾ ਬੜੀ ਅਫਸੋਸ ਦੀ ਗੱਲ ਆ ਕੌਣ ਲੱਗੇ ਅਮਰਤਪਾਲ ਨੂੰ ਅਸੀਂ ਬਲਾ ਕੇ ਲੈ ਕੇ ਆਏ ਜੇ ਆਇਆ ਸੀ ਤੇ ਤੁਸੀਂ ਪੰਜਾਬ ਗਵਰਨਮੈਂਟ ਜਿਹੜੀ ਸੁੱਤੀ ਪਈ ਸੀ ਜਾਂ ਕੇਂਦਰ ਦੀ ਸਰਕਾਰ ਜਿਹੜੀ ਹੁਣ 18 ਟੁਕੜੀਆਂ ਲੈ ਕੇ ਆਈ ਐ ਇੱਥੇ ਪੈਰਾਮਿਲਟਰੀ ਫੋਰਸੇਸ ਤੇ ਜਾਂ ਰੈਪਿਡ ਐਕਸ਼ਨ ਫੋਰਸ ਜਿਹੜੀਆਂ ਵੀ ਹੈ ਉਦੋਂ ਕਿੱਥੇ ਗਏ ਸੀਗੇ ਉਹਨਾਂ ਨੇ ਜਾਣ ਬੁੱਝ ਕੇ ਇਹ ਹੂਹ ਹੱਲਾ ਪਹਿਲਾਂ ਖੜਾ ਕੀਤਾ ਔਰ ਫੇਰ ਉਸ ਹੋ ਹੱਲੇ ਦਾ ਦੂਜੀਆਂ ਸੂਬਿਆਂ ਦੇ ਵਿੱਚ ਪੰਜਾਬ ਦੀ ਕੀਮਤ ਦੇ ਕੇ ਫਾਇਦਾ ਲੈਣ ਲਈ ਰਾਜਨੀਤਿਕ ਲਾਅ ਲੈਣ ਲਈ ਆ ਸਾਰਾ اڈੰਬਰ ਕੀਤਾ ਤੇ ਵਿੱਚ ਆਮ ਜਿਹੜੇ ਬੰਦੇ ਆ ਯੰਗ ਮੁੰਡੇ ਆ ਕਿਸ ਬਣਾ ਦਿਓ ਆ ਕਰ ਦਿਓ ਆ ਕਰ ਦਿਓ ਉਹਦੇ ਮਾਪੇ ਨੂੰ ਫੜ ਲਓ ਉਹਦਾ ਡੰਗਰ ਬੱਚਾ ਖੋਲੇ ਕੀ ਕੰਮ ਆ ਕਦੀ ਜੇ ਕੋਈ মিডিਆ ਆ ਜੇ ਕਿਸੇ ਨੇ ਸੱਚ ਬੋਲਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਇਹਨਾਂ ਨੇ ਸ਼ੁਰੂ ਕਰਤੇ ਕਿਸੇ ਦੇ ਟਵਿੱਟਰ ਹੈਂਡਲ ਸਸਪੈਂਡ ਕਰ ਦਿਓ ਕਿਸੇ ਦਾ ਸੋਸ਼ਲ ਮੀਡੀਆ ਬੰਦ ਕਰ ਦਿਓ ਕਿਸੇ ਛੋਟੇ ਛੋਟੇ মিডিਆ ਦੇ ਸੰਗੀਕੁਟਣ ਦੀ ਕੋਸ਼ਿਸ਼ ਕੀਤੀ ਆ ਇਹਨਾਂ ਸਾਰੀਆਂ ਗੱਲਾਂ ਦੇ ਵਿਰੁੱਧ ਅੱਜ ਅਸੀਂ ਇੱਥੇ ਪ੍ਰੋਟੈਸਟ ਕੀਤਾ ਤੇ ਸਾਂਝਾ ਪਟਿਆਸੀ ਤੇ ਕਿਸੇ ਦੀ ਕੋਈ ਪਾਰਟੀ ਵਿਚਾਰ ਨਹੀਂ ਆ। ਗੱਲ ਕੀਤੀ ਹੈ ਕਿ ਇੰਨੀਆਂ ਕੰਪਨੀਆਂ ਆ ਗਈਆਂ, ਰੈਪਿਡ ਐਕਸ਼ਨ ਫੋਰਸ ਆ ਗਈ ਜਾਂ ਇਹਨੇ ਪੁਲਿਸ ਮੁਲਾਜ਼ਮਾਂ ਇਹ ਇਸ ਕੰਮ ਤੇ ਲਗਾਤੇ ਪਰ ਪ੍ਰਸ਼ਾਸਨ ਤਾਂ ਕਹਿ ਰਿਹਾ ਅਜੇ ਵੀ ਅਮਰਤਪਾਲ ਜਿਹੜਾ ਗ੍ਰਿਫਤਾਰ ਨਹੀਂ ਹੋਇਆ। ਨਹੀਂ ਉਹ ਤਾਂ ਕਰਨਾ ਹੀ ਨਹੀਂ ਹੈ। ਅਮਰਤਪਾਲ ਤੇ ਸਾਹਮਣੇ ਆ ਕੇ ਕਹਿ ਲੈਣਾ ਮੈਨੂੰ ਗ੍ਰਿਫਤਾਰ ਕਰ ਤਾਂ ਵੀ ਨਹੀਂ ਕਰਨਗੇ ਕਹਿਣਗੇ ਭੱਜ ਜਾ ਯਾਰ ਪਰਾਂ ਨੂੰ ਤੂੰ। ਕਾਰ ਨੂੰ ਉਹਦਾ ਸਮਝ ਲਓ। ਕੇਂਦਰ ਦਾ ਇਹ ਹੈ ਕਿ ਇਹਨਾਂ ਨੂੰ ਕੁੱਟ ਮਾਰ ਕੇ ਥੋੜਾ ਜਿਆ ਇਹਨਾਂ ਨੂੰ ਬਦਨਾਮ ਕਰਕੇ ਬਾਹਰ ਬਾਕੀ ਸੂਬਿਆਂ ਚ ਲਾਹਾ ਲੈਣਾ ਮੈਨੂੰ ਐ ਉੱਥੋਂ ਨਲੇਟ ਸਾਹਿਬ ਤੋਂ ਫੋਨ ਆਇਆ ਹਜ਼ੂਰ ਸਾਹਿਬ ਤੋਂ ਸੌਰੀ ਹਜ਼ੂਰ ਸਾਹਿਬ ਤੋਂ ਫੋਨ ਆਇਆ ਕਿ ਦੇਖੋ ਸਾਡੇ ਇੱਥੇ ਰੋਜ਼ ਪੁਲਿਸ ਪਿਛਲੇ ਮਹੀਨੇ ਇੱਕ ਤੋਂ ਸਵੇਰੇ ਸ਼ਾਮ ਹੁੰਦੀ ਜਦੋਂ ਦਾ ਇੰਜ ਨਾਲੇ ਦਾ ਕੇਸ ਹੋਇਆ ਉਦੋਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸੀ ਕਿ ਸਵੇਰੇ ਆਉਂਦੀ ਪੁਲਿਸ ਇੰਟਰਵਿਊ ਕਰਦੀ ਆ ਫੋਟੋਆਂ ਲੈ ਕੇ ਜਾਂਦੀ ਆ ਪੁੱਛ ਕੇ ਜਾਂਦੀ ਆ ਖੱਲੇ-ਖੱਲੇ ਦਾ ਤੇ ਸ਼ਾਮ ਨੂੰ ਆਉਂਦੀ ਉਹਨਾਂ ਨੂੰ ਕਿਹਾ ਵੇ ਤੁਸੀਂ ਕਿਉਂ ਆਉਂਦੇ ਉਹਨਾਂ ਨੇ ਪੁੱਛਿਆ ਵੀ ਪਹਿਲਾਂ ਤੇ ਕਦੇ ਨਹੀਂ ਸੀ ਹੁਣ ਕਹਿੰਦੇ ਸਾਡੀ ਡਿਊਟੀ ਲਈ ਆ ਸਾਡੀ ਡਿਊਟੀ ਬਾਉਂਡ ਆ ਯਾਨੀ ਇੱਥੇ ਤੱਕ ਸਾਨੂੰ ਬਦਨਾਮ ਕਰਨ ਦਾ ਕਿੱਥੇ ਰਾਏਪੁਰ ਹੈਗਾ ਸतीशਗੜ ਦਾ ਉੱਥੇ ਮਜਾਰੇ ਹੋ ਰਹੇ ਆ ਉੱਥੇ ਪਪਾਲ ਚ ਮਜਾਰੇ ਹੋ ਰਹੇ ਆ ਸਾਰਾ মিডিਆ ਹੋ ਹਲਾ ਲਾ 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 ਸਾਡੀ ਕੀਮਤ ਦੇ ਕੇ ਕਿ ਜਿਹੜੇ ਪੰਜਾਬੀ ਐ ਇਹ ਦੇਸ਼ ਭਗਤ ਨਹੀਂ ਐ ਇਹ ਤੇ ਦੇਸ਼ ਵਿਰੋਧੀ ਐ ਇਹ ਤੇ ਸੰਵਿਧਾਨ ਨੂੰ ਨਹੀਂ ਮੰਨਦੇ ਉਹ ਸਦਾ ਕਰਕੇ ਉਹ ਰਾਜਨੀਤਿਕ ਲਾਹਾ 2024 ਲਈ ਲੈ ਰਹੇ ਆ ਤੇ ਇੱਥੇ ਭਗਵੰਤ ਮਾਨ ਉਹਨਾਂ ਦੇ ਸਕੰਜੇ 'ਚ ਆ ਗਿਆ ਉਹਨਾਂ ਦੇ ਟਰੈਪ 'ਚ ਆ ਗਿਆ ਇਹਨੂੰ ਆਪਣੀ ਡਿਊਟੀ ਆਪ ਸਮਝਣੀ ਚਾਹੀਦੀ ਸੀ ਤੇ ਇਸ ਗੱਲ ਨੂੰ ਵੇਲੇ ਸਿਰ ਸਤੰਬਰ ਦੇ ਵਿੱਚ ਨਿਜੀਠਣਾ ਚਾਹੀਦਾ ਸੀ ਉਨ ਖੁੱਲੀ ਛੁੱਟੀ ਦੇ ਛੱਡੀ ਭਗਵੰਤ ਮਾਨ ਰਹਾ ਹੈ ਕਿ ਜਿਹੜੀ ਸਪੀਚ ਵੀ ਪਿਛਲੇ ਦਿਨਾਂ ਦੇ ਵਿੱਚ ਉਹ ਵੀ ਬੜੀ ਚਰਚਾ ਦੇ ਵਿੱਚ ਵਿੱਚ ਰਹੀ ਸੋਸ਼ਲ ਮੀਡੀਆ ਦੇ ਉੱਪਰ ਅੱਜ ਖੈਰ ਉਹਨਾਂ ਦਾ ਇੱਕ ਪੰਜਾਬੀ ਵਿੱਚ ਵੀ ਵਰਜ਼ਨ ਆਇਆ ਉਹਨਾਂ ਨੇ ਹਿੰਦੀ ਦੇ ਵਿੱਚ ਵੀ ਇੱਕ ਸਪੀਚ ਦਿੱਤੀ ਔਰ ਉਹਨਾਂ ਨੇ ਕਿਹਾ ਕਿ ਅਸੀਂ ਆ ਜਿਹੜਾ ਜਿਹੜੇ ਸਧਾਰਨ ਨੌਜਵਾਨ ਉਹਨਾਂ ਤੇ ਕਾਰਵਾਈ ਨਹੀਂ ਕਰਾਂਗੇ ਨਹੀਂ ਨਹੀਂ ਕਾਰਵਾਈ ਨਾ ਕਰੋ ਤੁਸੀਂ ਬਾਕੀ ਦੇਤੇ ਤੇ ਐਨਐਸਏ ਕਿਉਂ ਲਗਵਾਤਾ ਜੀ ਕਿਹੜਾ ਇੱਥੇ ਦੇਸ਼ ਤੇ ਹਮਲਾ ਹੋ ਰਿਹਾ ਸੀ ਕਿਉਂ ਨਹੀਂ ਭਗਵੰਤ ਮਾਨ ਇੱਕ ਮਿੰਟ ਇੱਕ ਮਿੰਟ ਮੇਰੀ ਗੱਲ ਸੁਣ ਲਓ ਤੁਸੀਂ ਡਿਫੈਂਸ ਨਾ ਪਾਓ ਭਗਵੰਤ ਮਾਨ ਕਿੱਤੇ ਵੀ ਉਹਨੇ ਇਹ ਕਿਹਾ ਆਪ ਕਿ ਇਹ ਐਨਐਸਏ ਜਿਹੜਾ ਇਹ ਗਲਤ ਲੱਗ ਰਿਹਾ ਤੁਸੀਂ ਜਾਂ ਜਿਹੜੇ ਬੰਦੇ ਦਾ ਸਾਰਿਆਂ ਨੂੰ ਫੜ ਕੇ ਉੱਥੇ ਉਹਨੂੰ ਚਾਚੇ ਨੂੰ ਫੜ ਲਿਆ ਉਹਨੂੰ ਫੜ ਲਿਆ ਕਿਉਂ ਕਰ ਰਿਹਾ ਜੇ ਐਨਐਸਏ ਲਾਉਣਾ ਵੀ ਹੈ ਤੁਸੀਂ ਉਹਨੂੰ ਡਿਬਰੂਗੜ ਕਿਉਂ ਲੈ ਜਾ ਰਹੇ ਆ ਇਹ ਕਹਿ ਰਿਹਾ ਜੀ ਸਾਡੀਆਂ ਜੇਲਾਂ ਸક્ષਮ ਨਹੀਂ ਹੈਗੀਆਂ ਇਹ ਕਹਿ ਰਿਹਾ ਕਿ ਸਾਡੀਆਂ ਜੇਲਾਂ ਇੱਥੇ ਸਿਕਿਉਰ ਨਹੀਂ ਲੋਕ ਜਾ ਕੇ ਛੜਾ ਕੇ ਨਾ ਲੈ ਜਾਣ ਤੇ ਡੁੱਬ ਮਰੋ ਫਿਰ ਟਾਡੇ ਕੋਲੋਂ ਆਪਣੀ ਪੁਲਿਸ ਇੰਨੀ ਵੀ ਕਾਮਯਾਬ ਨਜ਼ਰ ਨਹੀਂ ਆ ਰਹੀ ਕਿ ਉਹਨਾਂ ਨੂੰ ਇੱਥੇ ਰੱਖ ਸਕਦੀ ਐ ਤੇ ਤੁਸੀਂ ਉੱਥੇ ਭੇਜਦਾ ਤੇ ਪੰਜਾਬ ਹੀ ਫੜਾ ਦਿਓ ਸਾਰਾ ਉਹਨਾਂ ਨੂੰ ਕੋ ਆਪੇ ਕੇਂਦਰ ਦਾ ਰਾਜ ਕਰਾ ਦਿਓ ਪ੍ਰੈਕਟੀਕਲੀ ਅੱਜ ਦੀ ਤਰੀਕ ਦੇ ਵਿੱਚ ਅੰਮਿਤ ਸ਼ਾਹ ਦਾ ਰਾਜ ਆ ਕੇਂਦਰ ਇੱਥੇ ਰਾਜ ਕਰਿਆ ਭਗਵੰਤ ਮਾਨ ਨਹੀਂ ਕਰਿਆ ਜੋ ਕਹਰੇ ਉਹ ਕਰ ਰਿਹਾ ਇੰਨਾ ਤੁਸੀਂ ਆਪਣਾ ਇਹ ਪੈਰ ਛੱਡ ਜੋਗੇ ਜ਼ਮੀਨ ਛੱਡ ਜੋਗੇ ਪੈਰਾਂ ਥੱਲਿਓ ਇਹ ਮਾੜੀ ਗੱਲ ਐ ਇਹ ਭਗਵੰਤ ਮਾਨ ਪੈਰਾਂ ਤੇ ਖੜਾ ਹੋਏ ਉਹਨਾਂ ਦੀ ਉਹਨਾਂ ਦੀ ਬੰਦੀ ਇੱਜ਼ਤ ਦੇ ਜੋ ਉਹਨਾਂ ਦੀ ਮੰਨਣੀ ਆ ਕਿਉਂਕਿ ਕੇਂਦਰ ਸਾਡੀ ਸਰਕਾਰ ਆ ਸਾਡੀ ਸਰਕਾਰ ਆ ਉਹ ਕਰੇ ਪਰ ਜਿੱਥੇ ਤੁਸੀਂ ਪੰਜਾਬ ਦੇ ਹੇਤੀਆ ਉਹ ਤੇ ਕੰਪਰੋਮਾਈਜ਼ ਨਾ ਕਰੋ ਉਹ ਤੇ ਤੁਹਾਨੂੰ ਵਰਤ ਕੇ ਤੁਹਾਡਾ ਬੇਬਕੂਬ ਬਣਾ ਕੇ ਗਾਹ ਗਏ ਆ ਹੁਣ ਆਖਰ ਦੇ ਵਿੱਚ ਇਹੀ ਸਵਾਲ ਲਵਾਵਾਂਗਾ ਮੈਂ ਕਿ ਪੰਜਾਬ ਸਰਕਾਰ ਤੋਂ ਤੁਸੀਂ ਕਿਸ ਤਰ੍ਹਾਂ ਦੇ ਜਿਹੜਾ ਭਰੋਸੇ ਦੀ ਜਾਂ ਕਿਸ ਤਰ੍ਹਾਂ ਦੀ ਉਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਕਿਸ ਤਰ੍ਹਾਂ ਦਾ ਉਹਨਾਂ ਦਾ ਕੰਮ ਕਰਨ ਦਾ ਅਗਲਾ ਜਿਹੜਾ ਤਰੀਕਾ ਹੋਣਾ ਚਾਹੀਦਾ ਉਹਨੂੰ ਕਿਵੇਂ ਦੇਖਦੇ ਹੋ ਔਰ ਜਿਹੜਾ ਉਹ ਹਿੰਦੀ ਵਾਲੀ ਸਪੀਚ ਸੀਗੀ ਉਹਦੇ ਬਾਰੇ ਵੀ ਜਾਂਦੇ ਜਾਂਦੇ ਜ਼ਰੂਰ ਦੱਸ ਕੇ ਜਾਇਓ ਕਿ ਕੀ ਉਹ ਨੈਸ਼ਨਲ ਲੈਵਲ ਦੀ ਮਜਬੂਰੀ ਸੀ ਨੇ ਮੈਂ ਤਾਂ ਕਈ ਵਾਰੀ ਦੇਖੀ ਆ ਅੱਜ ਕੱਲ ਉਹਨਾਂ ਨੂੰ ਹਿੰਦੀ ਬੋਲਣ ਦਾ ਚਾਹ ਚੜਿਆ ਪਤਾ ਨਹੀਂ ਕਿਉਂਕਿ ਹੁਣ ਗਾਂ ਕੰਪੇਨ ਕਰਨੀ ਆ ਕੇਜਰੀਵਾਲ ਹੋਣਾਂ ਲਈ ਸਾਰੇ ਦੇਸ਼ ਦੇ ਵਿੱਚ ਤੇ ਬਹੁਤੇ ਹਿੰਦੀ ਸਪੀਕਿੰਗ ਏਰੀਆ ਦੇ ਵਿੱਚ ਹਿੰਦੀ ਚੱਲ ਜਾਂਦੀ ਆ ਮੇਰੇ ਖਿਆਲ ਉਹ ਪ੍ਰੈਕਟਿਸ ਵੀ ਕਰ ਰਹੇ ਆ ਤੇ ਤਾਂ ਕਿ ਉਹ ਵਧੀਆ ਢੰਗ ਨਾਲ ਕਦੀ ਰਾਜਸਥਾਨ ਕਦੀ ਕਿਤੇ ਕਿਤੇ ਸਾਰਾ ਉਹ ਛੱਡਦੇ ਉਹ ਵੀ ਮਾਮਲਾ ਹੈਗਾ ਉਹ ਤੇ ਖੁਦ ਲੋਕ ਉਹਨਾਂ ਨੂੰ ਪੁੱਛ ਲੈਣਗੇ ਜਿਆਦਾ ਵੱਡਾ ਮਾਮਲਾ ਇਹ ਹੈ ਚੰਗੀ ਗੱਲ ਭਗਵੰਤ ਮਾਨ ਨੇ ਇਹ ਕੀਤੀ ਕਿ ਉਹਨਾਂ ਅੰਮਰਤਪਾਲ ਨੂੰ ਫੜ ਕੇ ਇੱਥੇ ਬੱਦੂ ਕਰਨ ਦੀ ਜਗਾ ਉਹਨੂੰ ਸਸਕਾ ਕੇ ਬਾਹਰ ਤੋਰਦਾ। ਅਗ ਦੂਜਿਆਂ ਦੇ ਗੱਲ ਪਾਓ ਆਪਾਂ ਕਿ ਉਹ ਬਨੇ ਜਿੱਥੋਂ ਆਇਆ ਉੱਥੇ ਜਾਵੇ ਆਪਾਂ ਇਹਨੇ ਆਪਣੇ ਤੇ ਪੈਦਾ ਨਹੀਂ ਕੀਤਾ ਸਾਡੇ ਦੇ ਅੰਦਰ ਤੋਂ ਇੱਥੇ ਨਹੀਂ ਹੋਇਆ ਨਾ ਤੇ ਉਹ ਹੁਣ ਪੈ ਜਾਊਗਾ ਉੱਤਰਾਖੰਡ ਦੇ ਜਾਂ ਨੇਪਾਲ ਦੇ ਜਿੱਧਰ ਜਿੱਧਰ ਜਾਵੇ ਮੈਨੂੰ ਨਹੀਂ ਲੱਗਦਾ ਕੇਂਦਰ ਵੀ ਉਹਨੂੰ ਹੱਥ ਪਾਊਗਾ। ਇਸ ਭਾਵਨਾਵਾਂ ਤੁਹਾਨੂੰ ਮੈਂ ਇਸ ਗੱਲ ਤੋਂ ਤੇ ਖੁਸ਼ ਹਾਂ ਕਿ ਚਲੋ ਚੰਗਾ ਦੇਖੋ ਕੱਟੋ-ਕੱਟ ਜੀਂਦਾ ਜਾਗਦਾ ਚਲੇ ਜਾਏ ਜਿੱਥੇ ਜਾਣਾ ਲੋਕਾਂ ਨੂੰ ਵੀ ਪਤਾ ਲੱਗ ਜੂ ਕਿ ਜਿਹੜਾ ਕੱਲ ਤੱਕ ਕਹਿੰਦਾ ਸੀ ਖਾਲਿਸਤਾਨ ਬਣਾਉਣਾ ਅੱਜ ਕਿੱ ਪਾਜ ਦੇ ਨੂੰ ਰਾਹ ਨਹੀਂ ਲੱਭਿਆ ਕਦੀ ਕਪੜੇ ਬਦਲਦਾ ਕਦੀ ਕਿੱਦਾਂ ਲੋਕਾਂ ਨੂੰ ਵੀ ਪਤਾ ਲੱਗ ਜੂ ਨਾ ਦੂਜਿਆਂ ਦੇ ਤੇ ਨਿਆਣੇ ਜੇਲਾ ਚ ਦਵਾ ਤੇ ਹਾਹਾ ਕਰਤੀ ਸਾਰੇ ਪੰਜਾਬ ਨੂੰ ਬਦੂ ਬਦਨਾਮ ਕਰਵਾ ਦਿੱਤਾ ਤੁਸੀਂ ਸਾਰੇ ਦੇਸ਼ ਦੇ ਵਿੱਚ ਅਸੀਂ ਅਸੀਂ ਸਾਨੂੰ ਉਹਦਾ ਪਾਗ ਹੀ ਕਿਉਂ ਬਣਾਇਆ ਤੁਸੀਂ ਸਾਨੂੰ ਕਿਉਂ ਤੁਸੀਂ ਕੀਮਤ ਤਾਰਨ ਲਈ ਤੁਹਾਡੀਆਂ ਤੁਹਾਡੀਆਂ ਬਦਮਗਜ਼ੀਆਂ ਦੀ ਕੀਮਤ ਸਾਨੂੰ ਤਾਰਨ ਲਈ ਕਿਉਂਕਿ ਵਿੱਚ ਕੀਤਾ ਜਾ ਰਿਹਾ ਇਸ ਲਈ ਅਸੀਂ ਤੇ ਆਪਣਾ ਕਹਿ ਰਹੇ ਹਾਂ ਕਿ ਉਹ ਜਿਹੜਾ ਹੋ ਗਿਆ ਹੋ ਗਿਆ ਹੁਣ ਇਹਨਾਂ ਨੂੰ ਚਾਹੀਦਾ ਹੈ ਸ਼ਾਂਤੀ ਰੱਖਣ ਸ਼ਾਂਤੀ ਸ਼ਾਂਤੀ ਬਣਾ ਕੇ ਰੱਖਣ ਭਾਈਚਾਰਾ ਬਣਾ ਕੇ ਰੱਖਣ ਉਧਰ ਨੂੰ ਉਹਨਾਂ ਦੀ ਤਵਜੋ ਵੀ ਹੈ ਭਗਵੰਤ ਮਾਨ ਦੀ ਪਰ ਨਾਲ ਹੀ ਆਪਣੀ ਪੁਲਿਸ ਨੂੰ ਕੰਮ ਕਰਨ ਦੇਣ ਤੁਰਤ ਫੁਰਤ ਕਰਨ ਜੋ ਹਾਲਾਤ ਆਜਾ ਜੋ ਜਸਟਿਸ ਛੇਖਾ ਵਤਨੇ ਤਮਾਚਾ ਮਾਰਿਆ ਉਦੋਂ ਉਹ 80000 ਕੀ ਕਰਦੇ ਸੀ ਤੁਹਾਡੇ ਕੋਲ ਬੰਦਾ ਨਹੀਂ ਪੜਿਆ ਗਿਆ ਉਹ ਤੇ ਇੱਕ ਕਲੰਕ ਲੱਗ ਹੀ ਗਿਆ ਪੁਲਿਸ ਤੇ ਕਲੰਕ ਤੇ ਲੱਗੇ ਹੀ ਗਿਆ ਸਰਕਾਰ ਤੇ ਵੀ ਲੱਗਾ ਜਿਹੜੀ ਸਰਕਾਰ ਦੇ ਕਹਿਣ ਤੇ ਪੁਲਿਸ ਚੱਲਦੀ ਆ ਇਸ ਲਈ ਇਹ ਜਿਹੜੀ ਗਾਂ ਤੋਂ ਇਹੋ ਜੀਆਂ ਗੱਲਾਂ ਤੋਂ ਬਚਣਾ ਚਾਹੀਦਾ ਤੇ ਬਾਕੀ ਜਿਹੜੇ ਵਾਦੇ ਗਰੰਟੀਆਂ ਦਿੱਤੀਆਂ ਉੱਤੇ ਕੰਮ ਕਰ ਤੇ ਸ਼ਾਂਤੀ ਬਣਾ ਕੇ ਰੱਖਣ ਨਹੀਂ ਤੇ ਇਨਵੈਸਟ ਪੰਜਾਬ ਭੁੱਲ ਜਾਓ ਕਿੱਧਰ ਦਾ ਕਿੱਧਰ ਜਿਹੜਾ ਪਹਿਲਾਂ ਇਨਵੈਸਟ ਹੋਇਆ ਉਹ ਵੀ ਭੱਜ ਜਾਊਗਾ। ਸ਼ੁਕਰੀਆ ਜੀ। ਧੰਨਵਾਦ। ਤਾਂ ਮਨਜੀਤ ਸਿੰਘ ਪ੍ਰੋਫੈਸਰ ਲਗਾਤਾਰ ਪੰਜਾਬ ਦੇ ਜਿਹੜੇ ਚਲੰਤ ਮਾਮਲੇ ਹੁੰਦੇ ਨੇ ਉਹਨਾਂ ਦੇ ਉੱਪਰ ਆਪਣਾ ਗੱਲਬਾਤ ਹੈ ਜਿਹੜੀ ਆਪਣੇ ਆਪ ਜਿਹੜਾ ਪੱਖ ਹੈ ਉਹ ਰੱਖਦੇ ਰਹਿੰਦੇ ਨੇ ਇਸ ਮਸਲੇ ਤੇ ਵੀ ਉਹਨਾਂ ਨੇ ਆਪਣੀ ਗੱਲ ਰੱਖੀ ਆ। ਫਿਲਹਾਲ ਇਸ ਮੁਲਾਕਾਤ ਦੇ ਵਿੱਚ ਇਨਾ ਹੀ ਧੰਨਵਾਦ